ਸਿਰਫ ਜਿੱਦਾਂ ਕੋਈ ਵੀ ਮਸ਼ੀਨ ਹੋ ਗਈ ਮੰਨ ਲਓ ਤੁਸੀਂ, ਉੱਥੇ ਜਾਂਦੇ ਹਾਂ ਕਦੇ ਆਪਾਂ, ਕੀ ਕਹਿੰਦੇ ਨੇ ਕਦੇ ਬੰਦਾ ਪੈਟਰੋਲ ਵਾਸਤੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ 12,000 ਬਣਦੇ ਆ ਕਿੰਨੇ ਭਰਨੇ, ਤਾਂ ਬੰਦਾ ਜ਼ਿਆਦਾ ਭਰ ਦਿੰਦਾ 15,000 ਭਰ ਦਿੰਦਾ, ਤਾਂ ਮਸ਼ੀਨ ਦੁਬਾਰਾ ਕਹਿੰਦੀ ਆ ਵੀ ਕੈਸ਼ ਦੁਬਾਰਾ ਪਾਓ 10,000 ਲਿਮਿਟ 'ਚ ਪਾਓ ਜਾਂ ਘੱਟ ਪਾਓ ਜਾਂ 10,000 ਪਾਓ, ਤਾਂ ਉਸ ਵਾਰ ਬੰਦਾ ਸੋਚਦਾ ਵੀ ਕੈਸ਼ ਨਹੀਂ ਹੈਗਾ, ਬੰਦਾ ਚਲਾ ਜਾਂਦਾ ਆਪਣਾ, ਉਸ ਤੋਂ ਬਾਅਦ ਕੈਸ਼ ਬਸ ਕੈਸ਼ ਕੈਸ਼ ਭਰਨਾ ਹੁੰਦਾ, ਉਸ ਤੋਂ ਬਾਅਦ ਕੁਛ ਨਹੀਂ ਜਾਂਦਾ, ਜਾਂ ਫਿਰ ਸਿਰਫ ਕਾਰਡ ਪਲਟੀ ਹੋ ਜਾਂਦੀ। ਕੈਂਸਲ ਨਹੀਂ ਹੁੰਦਾ, ਕਾਰਡ ਮੈਂ ਪਲਟੀ ਮਾਰਿਆ ਜਿੱਦਾਂ ਤੁਸੀਂ ਆਪਣਾ ਕਾਰਡ ਲੈ ਕੇ ਆਏ, ਮੈਂ ਪਲਟੀ ਮਾਰ ਲਈ, ਮੇਰਾ ਪਾਸਵਰਡ ਕਿੱਦਾਂ ਪਤਾ ਲੱਗ ਜਾਂਦਾ? ਪਾਸਵਰਡ ਬੰਦਾ ਨਾਲ ਹੀ ਟਾਈਪ ਕਰੂਗਾ ਮੇਰੇ, ਤੁਸੀਂ ਮੇਰੇ ਨਾਲ ਹੀ ਸਾਹਮਣੇ ਹੀ ਟਾਈਪ ਕਰੋਗੇ ਸਰ? ਗੁਰੂ ਜੰਬੇਸ਼ਵਰ ਯੂਨੀਵਰਸਿਟੀ ਸਰ, ਹਿਸਾਰ ਸਰ, ਹਿਸਾਰ ਹਰਿਆਣੇ ਸਰ। ਤੁਹਾਨੂੰ ਕਿਸ ਤਰ੍ਹਾਂ ਫਾਦਰ ਕੀ ਕਰਦੇ ਸਾਡੇ? ਜੋਬ ਕਰਦੇ। ਕਾਹਦੀ ਜੋਬ ਕਰਦੇ? ਪ੍ਰਾਈਵੇਟ ਜੋਬ ਕਰਦੇ। ਰਹਿੰਦੇ ਕਿੱਥੇ? ਹਾਂਜੀ ਸਰ, ਰਹਿੰਦੇ ਕਿੱਥੇ? ਕੰਮ ਕਰਦੇ ਨੇ। ਸਰ ਹੋ ਗਏ 6,000 ਮਹੀਨੇ ਹੋ ਗਏ। ਪਲਟੀ ਕਿੱਦਾਂ ਮਾਰ ਲੈਂਦੇ ਹੋ? ਕਿੱਦਾਂ ਸਰ? ਜਿੱਦਾਂ ਕਈ ਵਾਰੀ ਕਾਰਡ ਸਵੈਪ ਨਹੀਂ ਕਰਦਾ, ਕਈ ਵਾਰੀ ਕਾਰਡ ਤਾਂ ਜਾਓਗੇ ਮਸ਼ੀਨ ਸਵੈਪ ਨਹੀਂ ਕਰਦਾ ਨਾ, ਕਈ ਵਾਰੀ ਤਾਂ ਬੰਦਾ ਨਹੀਂ ਕਹਿੰਦਾ ਜਾਂ ਤਾਂ ਸਿਖਾਇਆ ਸੀ, ਉਹ ਇੱਕ ਕੰਮ ਕਰਦਾ ਸੀ, ਉਹਦੇ ਨਾਲ ਜਾ ਕਰਦਾ ਸੀ ਮੈਂ, ਇੱਦਾਂ ਹੀ ਮੈਨੂੰ ਆ ਗਿਆ।
ਸਿੱਧਾ ਫੜੋ ਏਟੀਐਮ ਪੁੱਠਾ ਹੀ ਕਰਿਆ ਬਸ ਆਹ ਠੀਕ ਸਰ ਠੀਕ ਹੈ ਤੁਸੀਂ ਅੱਗੇ ਫਾਜੀ ਦੇ ਇਧਰ ਦੇਖੋ ਜੀ ਇਧਰ ਹੀ ਦੇਖੋ ਸਾਡੇ ਕੋਲ ਨਹੀਂ ਦਿੰਦੇ ਦੇਸ਼ਵਾਲ ਹੈ ਤੇਰਾ ਨਾਮ ਦੇਸ਼ਵਾਲ ਚੱਲਿਆ ਚਾਚਾ ਕਿਹੜੇ ਦਾ ਫਿਰ ਮੈਂ ਇਹਦੇ ਨਾਲ ਆ ਜਾਵਾਂਗਾ ਪਵਨ ਨਾਲ ਲੋਕਾਂ ਦੇ ਕਾਰਡ ਬਦਲਦੇ ਤੁਸੀਂ ਕੀ ਕਰਦੇ ਸੀ ਕਈ ਵਾਰੀ ਕਾਰਡ ਬਦਲਣੇ ਕਈ ਵਾਰੀ ਇਦਾਂ ਹੀ ਪੂਜਾ ਕਰ ਲਈ ਪਤਾ ਨਹੀਂ ਉਹਨੇ ਦੁਰ ਬਣਾ ਕੇ ਸਵੈਪ ਹੋਇਆ ਹੋਣਾ ਮੁੜ ਕੇ ਉਹ ਟ੍ਰਾਂਜੈਕਸ਼ਨ ਐਂਟਰ ਕਰਕੇ ਤੇ ਪੈਸੇ ਵੱਧ ਲੈ ਰਹੇ ਇਹ ਹਰਿਆਣੇ ਤੋਂ ਉੱਥੇ ਕਦੋਂ ਆਇਆ ਜੀ ਸੱਤ ਮਹੀਨੇ ਕਿੰਨੇ ਕੁ ਲੋਕਾਂ ਦੇ ਆਉਣ ਤੋਂ ਬਾਅਦ ਪਹਿਲਾਂ ਦੋ ਮਹੀਨੇ ਨੀ ਕੀਤਾ ਦੋ ਮਹੀਨੇ ਬਾਅਦ ਜਦੋਂ ਨਸ਼ਾ ਸਟਾਰਟ ਕੀਤਾ ਉਸ ਤੋਂ ਬਾਅਦ ਦੋ ਮਹੀਨੇ ਤੋਂ ਨਹੀਂ ਮਤਲਬ ਕਿ ਸੈਵਨ ਸਾਤ ਮੰਥ ਹੋ ਗਏ ਮੇਰੇ ਕੋਲ ਯਹਾਂ ਪੇ ਆਏ ਅੱਛਾ ਪੰਜ ਇੱਕ ਮੰਥ ਹੈ ਬੰਬੇ ਨਾਲ ਗਏ ਬੰਬੇ ਨੂੰ ਕਿਹੜੀ ਜਗ੍ਹਾ ਬਲੌਗ ਕਰਦੇ ਹਰਿਆਣੇ ਬੰਬੇ ਕਿਹੜੇ ਸਾਲ 'ਚ ਗਿਆ ਬੰਬੇ ਸਰ ਮੈਂ ਬੀ ਟੈਕ ਕਰ ਰਿਹਾ ਉਸ ਟਾਈਮ ਗਿਆ ਕਿਹੜੇ ਸਾਲ 'ਚ ਕਿਹੜੇ ਈਅਰ 2014 ਚੱਲ ਰਿਹਾ ਚੱਲ ਰਿਹਾ 2011 ਉਹ ਕੱਲ੍ਹ ਹੀ ਗਏ ਸੀ ਮੈਂ ਡੀਜੇ ਦਾ ਕੋਰਸ ਹੈ ਡੀਜੇ ਦਾ ਕੋਰਸ ਪੂਨੇ ਡੀਜੇ ਡੀਜੇ ਮਤਲਬ ਜਿਸਕੋ ਜੋ ਕਿ ਨਹੀਂ ਡੀਜੇ ਪਲੇ ਕਰ ਹੁਣ
ਭਾਈ ਦੋਨੋਂ ਪਾਰਟੀ ਲੋਕ ਆਂਦੇ ਭਾਜੀ ਭਾਜੀ ਸਰ ਫੋਟੋ ਕਰਾ ਲਈ ਨਹੀਂ ਭਾਈ ਮੈਂ ਕੁਝ ਬੋਲੂ ਨੌਜਵਾਨ ਸੀ ਬੰਦਾ ਉਹਨੂੰ ਆਖਿਆ ਕਿ ਮੇਰੇ ਪੈਸੇ ਤੋਂ ਕਢਾ ਦੇ ਉਹ ਮੋਦੇ ਨੌਜਵਾਨ ਨੇ ਇਹਦਾ ਏ ਟੀ ਐਮ ਹੇਰਾ ਫੇਰੀ ਨਾਲ ਆਪਣੇ ਕੋਲ ਰੱਖ ਲਿਆ ਅਤੇ ਉਹਨੂੰ ਡੁਪਲੀਕੇਟ ਦੇ ਦਿੱਤਾ ਅਤੇ ਬਾਅਦ 'ਚ ਉਹਨੂੰ ਪਤਾ ਲੱਗਿਆ ਕਿ ਮੇਰੇ ਏ ਟੀ ਐਮ 'ਚੋਂ 25,000 ਰੁਪਇਆ ਕੱਢਿਆ ਗਿਆ ਉਹਦੇ ਆਧਾਰ 'ਤੇ ਇਹਨੇ ਥਾਣੇ ਇੱਕ ਨੰਬਰ ਇੰਸਪੈਕਟਰ ਬਲਵੀਰ ਸਿੰਘ ਨੇ ਸਲਾਹ ਦਿੱਤੀ ਸੀ ਅਤੇ ਉਹਦੇ ਆਧਾਰ 'ਤੇ ਪਤਾ ਲੱਗਿਆ ਕੱਲ੍ਹ ਇਹਨਾਂ ਨੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਪਾ ਲਈ ਸਰ ਇਹ ਬੰਦੇ ਕੌਣ ਸੀਗੇ ਜਿਨ੍ਹਾਂ ਨੇ ਇਹਦੇ ਪੈਸੇ ਕਢਾਏ ਅਤੇ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਇੱਕ ਦੋਸ਼ੀ ਇਹ 'ਚ ਹੈਗਾ ਜੀ ਦੇਸ਼ ਸਵਾਲ ਜਿਹੜਾ ਮੇਨ ਦੋਸ਼ੀ ਸੀ ਅਤੇ ਇਹ ਮਤਲਬ ਕਿ ਲਗਭਗ ਇਹਨਾਂ ਨੇ 20-25 ਵਾਰਦਾਤਾਂ ਇਹੋ ਜਿਹੀਆਂ ਕੀਤੀਆਂ ਸ਼ਹਿਰ 'ਚ ਅਤੇ ਇਹਦੇ ਸੰਬੰਧ 'ਚ ਥਾਣੇ ਬਸਤੀ ਬਾਬਾ ਖੇਲ ਅਤੇ ਥਾਣੇ ਡਿਵੀਜ਼ਨ ਨੰਬਰ 3 ਵੀ ਪਰਚਾ ਦਰਜ ਹੋਇਆ ਵਾ ਉੱਥੋਂ ਵੀ ਇਹਨਾਂ ਨੇ ਪੈਸੇ ਕਢਾਏ ਸੀ ਸਰ ਬਰਾਮਦੀ ਕੀ ਚੀਜ਼ ਇਹਨਾਂ ਕੋਲ ਆਪਦੇ ਕਿਹੜੇ 3 ਏ ਟੀ ਐਮ ਬਰਾਮਦ ਕੀਤੇ ਗਏ ਨੇ ਅਤੇ ਇਸ ਤੋਂ ਇਲਾਵਾ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਅਤੇ ਹੋਰ ਇਹ ਤੋਂ ਪੁੱਛੋ ਸਟੂਡੈਂਟ ਹੈ ਜੀ ਇਹ ਹਾਂਜੀ ਇੱਕ ਨੇ ਤਾਂ ਬੀ ਟੈਕ ਦੀ ਪੜ੍ਹਾਈ ਕੀਤੀ ਜਿਹੜਾ ਮੇਨ ਦੋਸ਼ੀ ਹੈ ਦੇਸ਼ ਇਹ ਇੱਥੇ ਇਹਦੇ ਫਾਦਰ ਸਾਹਿਬ ਇੱਥੇ ਫੈਕਟਰੀ 'ਚ ਨੌਕਰੀ ਕਰਦੇ ਨੇ ਇੱਥੇ ਪ੍ਰੋਪਰ ਸ਼ਹਿਰ 'ਤੇ ਸਰ ਲਗਭਗ ਕਿੰਨਾ ਨੇ ਏ ਟੀ ਐਮ 'ਚੋਂ ਪੈਸਾ ਕਢਾ ਕੇ ਯੂਜ਼ ਕੀਤਾ ਕਰੀਬ 2.5 ਲੱਖ ਦੇ ਕਰੀਬ ਕਢਾਇਆ ਵੱਖ ਵੱਖ ਥਾਵਾਂ ਤੋਂ ਇਹ ਕਿੰਨੀ ਕੁ ਵਾਰਦਾਤਾਂ ਕਰ ਚੁੱਕੇ ਨੇ ਅਤੇ ਕਦ ਤੋਂ ਕਰਦੇ ਆ ਰਹੇ ਨੇ ਇਹ ਕਰੀਬ 1.5 ਸਾਲ ਤੋਂ ਵਾਰਦਾਤਾਂ ਕਰ ਰਹੇ ਨੇ ਅਤੇ 20-25 ਇਹਨਾਂ ਨੇ ਵਾਰਦਾਤਾਂ ਕੀਤੀ ਸਰ ਹੋਰ ਕਿਹਨੇ ਸਿੱਖਿਆ ਕਿੱਥੋਂ ਜੀ ਇਹ ਕੰਮ ਸਿੱਖਿਆ ਕਿੱਥੋਂ ਇਹ ਕਹਿੰਦਾ ਕਿਤੇ ਨਾਲ ਦਾ ਇੱਕ ਦੋਸਤ ਸੀ ਉਹਦੇ ਕੋਲੋਂ ਉਹਨੇ ਟ੍ਰੇਨਿੰਗ ਲਈ ਸੀ ਕਿੱਥੋਂ ਲਈ ਸੀ ਟ੍ਰੇਨਿੰਗ ਬਾਹਰ ਬੰਬੇ ਚਲੋ ਠੀਕ ਹੈ।